ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਵੱਡੇ ਖੁਲਾਸੇ ਕੀਤੇ ਗਏ। ਰਾਮ ਰਹੀਮ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਪੁਸ਼ਾਕ ਦਿੱਤੇ ਜਾਣ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸਿਰਫ ਵੋਟਾਂ ਕਰਕੇ ਹੀ ਰਾਮ ਰਹੀਮ ਨਾਲ ਜਾਰੀ ਸੀ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵੀ ਸਨ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਮਿਲਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਰਗਾੜੀ ਵਿਖੇ ਬੇਅਦਬੀ ਦੇ ਮਾਮਲੇ 'ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਰਾਮ ਰਹੀਮ ਦਾ ਹੀ ਹੱਥ ਹੈ ਅਤੇ ਉਸ ਨੂੰ ਬਚਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦਾ। ਉਹਨਾਂ ਕਿਹਾ ਕਿ ਪਾਰਟੀ ਦੀਆਂ ਇਹਨਾਂ ਹਰਕਤਾਂ ਨੂੰ ਦੇਖਦੇ ਹੋਏ ਹੀ ਉਹਨਾਂ ਨੇ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਦਾ ਨਿਰਮਾਣ ਕੀਤਾ ਸੀ। ਇਸ ਦੇ ਨਾਲ ਹੀ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ UAPEA ਦੇ ਮੁੱਦੇ 'ਤੇ ਬੋਲਦੇ ਹੋਏ ਕੇਂਦਰ ਸਰਕਾਰ ਨੂੰ ਪੀੜਤ ਨੌਜਵਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕੋਰੋਨਾ ਮਹਾਮਾਰੀ ਦੇ ਦੌਰਾਨ ਟੈਸਟਿੰਗ 'ਤੇ ਵੀ ਸਵਾਲ ਚੁੱਕੇ ਗਏ। ਜਦੋਂ 2017 ਦੀ ਅਸੈਂਬਲੀ ਦੀ ਇਲੈਕਸ਼ਨ ਹੋਈ ਆ ਅਤੇ 20 MLA ਜਿਹੜੇ ਆ ਉਹਨਾਂ ਨੂੰ ਸੱਦ ਕੇ ਬਾਦਲ ਸਾਹਿਬ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਰਾਮ ਰਹੀਮ ਦੇ ਪੈਰੀਂ ਜਾ ਕੇ ਚੋਰੀ ਛੱਪੀ ਪੈ ਜਾਓ, ਨਾ ਪਏ ਨਾ ਤੁਹਾਂ ਜਿੱਤਣਾ ਨਾ ਸਰਕਾਰ ਬਣਾ। ਉਹ ਗਏ ਮੀਡੀਆ 'ਤੇ ਗੱਲ ਆਈ ਤੁਹਾਡੇ ਕੋਲ, ਤੁਹਾਂ ਗੱਲ ਚੁੱਕੀ ਅਤੇ ਕਾਲ ਤਖ਼ਤ 'ਤੇ ਸੱਦਿਆ ਅਤੇ 20 ਬੰਦਿਆਂ ਨੂੰ ਉਹਨਾਂ ਦੋਸ਼ੀ ਠਹਿਰਾਇਆ ਕਾਲ ਤਖ਼ਤ 'ਤੇ ਨੇ। ਉਹਨਾਂ 'ਚ ਕੌਣ ਸੀ? ਉਹਨਾਂ 'ਚ ਕੌਣ ਸੀ? ਇੱਕ ਤਾਂ IGPC ਦਾ ਪ੍ਰਧਾਨ ਮੰਗੂ, ਇੱਕ ਆ ਢੀਂਡਸੇ ਦਾ ਮੁੰਡਾ ਪਰਮਿੰਦਰ ਢੀਂਡਸਾ। ਮੇਰਾ ਖਿਆਲ ਆ ਇੱਥੋਂ ਤੱਕ ਉਹ ਜਿਹੜਾ ਚੰਦੂ ਮਾਜਾ ਉਹਦਾ ਮੁੰਡਾ ਅਤੇ 17 ਬੰਦੇ ਹੋਰ, ਇਹਨਾਂ ਸਾਰਿਆਂ ਨੂੰ ਉੱਥੇ ਜਾ ਕੇ ਮਾਫ਼ੀ ਮੰਗੀ ਅਤੇ ਇਹ ਬੰਦੇ ਉਹਨਾਂ ਨੇ ਸਭ ਕੁਛ ਕੀਤਾ। ਤੁਸੀਂ ਮੈਨੂੰ ਦੱਸੋ ਇਹ ਲੋਕਾਂ ਨੂੰ ਤਾਂ ਕੁਰਸੀ ਵੀ ਇਹਨੇ ਨਾ ਕੋਈ ਧਰਮ ਆ ਨਾ ਕੋਈ ਇਹਨਾਂ ਦਾ ਸੱਚ ਹੈ, ਇਹ ਤਾਂ ਖਰੀਦੇ ਇਹ ਮੇਰੇ ਕੋਲ ਪਤਾ ਇਹ ਕੀ ਕਰੀਏ ਜੀ ਲੋਕਾਂ ਦਾ ਜੀ। ਇਹ ਆਖੇ ਨਹੀਂ ਲੱਗੇ ਪਾਰਟੀ ਡੋਲ ਕੇ ਰੱਖੀ ਸੀ ਅਤੇ ਅਨਾਥ ਕਰਕੇ ਰਹਿਤਾ। ਬਈ ਵੇਖੋ ਉਹ ਸਾਡੀ ਮੀਟਿੰਗ 'ਚ ਨਹੀਂ ਆਏ, ਉਹਨਾਂ ਮੈਨੂੰ ਕਿਹਾ ਸੀ ਕਿ ਅਸੀਂ ਉੱਧਰ ਵੀ ਨਹੀਂ ਜਾਂਦੇ ਪਰ ਹੈ ਮੇਰੇ ਟਿਕਸਾ ਜੀ। ਇਹ ਹੁਣ ਤੁਸੀਂ ਉਹਨੂੰ ਪੁੱਛੋ ਵੀ ਹੁਣ ਕਿੱਥੇ ਗਿਆ, ਕਿਉਂਕਿ ਜਦੋਂ ਜਿਹੜੇ ਗੱਲਾਂ ਜਿਹੜੀਆਂ ਇਹ ਕੀ ਪਤਾ ਲੱਗਦਾ ਕਿ ਕੀ ਹੋ ਗਿਆ। ਉਹ ਆਉਂਦਾ ਕੋਰੜਿਆਂ ਦੀ ਸਜ਼ਾ ਲੱਗਦੀ ਆ, ਇਹ ਕੋਰੜੇ ਮਾਰੇ ਭਾਵੇਂ ਨਹੀਂ ਨੰਗਿਆਂ ਕਰਕੇ ਥੰਮਣਾ ਬੰਦ। ਜਥੇਦਾਰ ਅੱਜ ਉਹ ਜਥੇਦਾਰ ਰਾਮ ਰਹੀਮ ਨੂੰ ਮਾਫ਼ ਕਰਦਾ ਤਾਂ ਕਰ ਸਕਦੇ ਕਿ ਧੌਣ 'ਚ ਗੋਡਾ ਲੈ ਕੇ ਕੋਲ ਹੈ, ਦੱਸੋ ਸੁਣੇ ਨਹੀਂ ਕਦੀ? ਫਿਰ ਸ਼੍ਰੋਮਣੀ ਕਮੇਟੀ ਮਹੰਤਾਂ ਕੋਲ ਯਾਦ ਕਰੇ ਕਿੱਡੀਆਂ ਵੱਡੀਆਂ ਕਰਨਾ ਮੈਨੂੰ ਅੰਗਰੇਜ਼ਾਂ ਨੇ ਕੀਤਾ, ਤਸ਼ੱਦਦ ਕੀਤਾ, ਗੋਲੀਆਂ ਮਾਰੀਆਂ, ਸ਼ਹੀਦ ਕੀਤੇ, ਗੁਰਦੁਆਰੇ ਯਾਦ ਕਰੇ। ਇਹ ਤਾਂ ਨਹੀਂ ਵੀ ਇੱਕ ਟੱਬਰ ਦੀ ਜੇਬ ਦੇ ਵਿੱਚ ਗੋਲਕ 'ਤੇ ਵੀ ਕਬਜ਼ਾ ਮੇਰਾ, ਬੰਦਿਆਂ 'ਤੇ ਵੀ ਕਬਜ਼ਾ ਮੇਰਾ, ਮੇਰੀ ਜੇਬ ਦੇ ਵਿੱਚ ਉੱਪਰਦਾ। ਇਹਨੇ ਕੋਈ ਸਲਾਹ ਨਹੀਂ ਕੋਈ ਪਾਰਟੀ 'ਚ ਗੱਲ ਨਹੀਂ, ਪਾਰਟੀ ਕਾਹਦੀ ਆ? ਫਿਰ ਆ ਤੁਹਾਨੂੰ ਮੈਂ ਗੱਲ ਜਿਹੜੀ ਉਹ ਦੱਸ ਹੀ ਦਿੱਤੀ ਆ ਕਿ ਫਿਰ ਉੱਥੇ ਸਿੰਘ ਜਦੋਂ ਸ਼ਹੀਦ ਹੋਏ ਉਹ ਤੋਂ ਪਹਿਲਾਂ ਉਹਨਾਂ ਨੇ ਕੰਧਾਂ ਦੇ ਉੱਤੇ ਰਾਮ ਰਹੀਮ ਦੇ ਬੰਦਿਆਂ ਨੇ ਲਾਇਆ ਕਿ ਅਸੀਂ ਜਿਹੜਾ ਚੋਰੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗ੍ਰੰਥ ਤੁਹਾਡਾ, ਇਹਦੇ ਪੱਤਰੇ ਪੁੱਤਰ ਪੱਤੇ ਅਸੀਂ ਗੰਦ ਦੇ ਵਿੱਚ ਖੜਾਵਾਂਗੇ, ਰਾਜ ਸਾਡਾ ਹੀ। ਅਸੀਂ ਬਾਦਲ ਸਾਹਿਬ ਕੋਲ ਗਏ, ਅਸੀਂ ਆਖਿਆ ਮਰ ਗਏ ਕਿ ਕੀ ਹੋਣ ਡਿਆ ਕਿ ਕਰਦੇ ਹਾਂ ਜੀ ਵਿਹਨੇ ਹਾਂ। ਉਹਨਾਂ ਨੇ ਉਸੇ ਤਰ੍ਹਾਂ ਕੀਤਾ, ਪੱਤਰੇ ਪਾੜੇ, ਗੰਦ 'ਚ ਖੜਾਵੇ, ਰਾਜ ਸਾਡਾ ਹੋਵੇ, ਰਾਜ ਸਾਡਾ ਹੋਵੇ। ਉਹਨਾਂ ਚੈਲੰਜ ਕੀਤਾ ਹੋਵੇ ਅਸੀਂ ਸਾੜ ਦੇਣੇ ਪੱਤਰੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ, ਅਤੇ ਖਾਲਸਾ ਜੀ ਕੋਈ ਐਕਸ਼ਨ ਨਾ ਹੋਵੇ, ਨਾ ਕੋਈ ਬੰਦੇ ਦੀ ਗ੍ਰਿਫਤਾਰੀ, ਉੱਥੇ ਪੁਲਿਸ ਲਾ ਦਿੰਦੇ ਅਤੇ ਹੁਣ ਫੜ ਫੜ ਉਹਨਾਂ ਨੇ ਛੁੱਟੀਆਂ ਮਾਰ ਕੇ ਉਹਨਾਂ ਨੂੰ ਦੱਸਦੇ ਕਿ ਇਹ ਧਰਮ ਦਾ ਅਪਮਾਨ ਕਿਸ ਤਰ੍ਹਾਂ ਕਰੀਦਾ, ਭਾਵੇਂ ਧਰਮ ਹਿੰਦੂ ਧਰਮ ਹੋਵੇ, ਭਾਵੇਂ ਈਸਾਈ ਧਰਮ ਹੋਵੇ। ਤੁਸੀਂ ਮੰਦਰ 'ਚ ਜਾਓ, ਸਾਡੇ ਵਰਗੇ ਬੰਦੇ ਮੱਥਾ ਟੇਕਦੇ ਮੰਦਰ ਆ,